कोई नहीं, लो जी लो। परी परी परी। ना तोड़ो, ठीक है सर, कोई नहीं। सर की मामला सी और की कहो जी कार्रवाई दे पुलिस दी? ਇਹ ਸਾਡੇ ਕੋਲ 14 ਤਰੀਕ ਨੂੰ ਸੰਜੀਤ ਕੁਮਾਰ ਇਹ ਬੰਗਾ ਲੈ ਰਹੇ ਤੇ ਝੁੱਗੀ ਰਹੇ ਤੇ ਅਨੂਰ ਤੋਂ ਥਾਣੇ ਦੇ ਸਾਹਮਣੇ ਇਹ ਸਾਡੇ ਕੋਲ ਆਏ ਸੀ, ਜਿਹਨਾਂ ਨੇ ਦੱਸਿਆ ਸੀ ਵੀ ਇਹਨਾਂ ਦੀ ਲੜਕੀ ਹੈਗੀ ਆ 5.5 ਸਾਲ ਦੀ ਛੋਟੀ ਖੁਸ਼ੀ, ਵੀ ਉਹ ਨਹੀਂ ਮਿਲਦੀ ਅਤੇ ਜਿਹੜਾ ਉਸੇ ਰੇੜੀ 14 ਤਰੀਕ ਨੂੰ ਮੁਕੱਦਮਾ ਜਿਹੜਾ ਸੀਗਾ ਦਰਜ ਕੀਤਾ ਗਿਆ ਸੀ 363 ਦੇ ਵਿੱਚ ਅਤੇ ਉਹਦੀ ਤਫਤੀਸ਼ ਚੱਲਦੀ ਰਹੀ ਆ। ਹੁਣ ਤਫਤੀਸ਼ ਦੇ ਵਿੱਚ ਅੱਜ ਐਸ ਐਸ ਪੀ ਸਾਹਿਬ ਦੀ ਹਦਾਇਤ ਮੁਤਾਬਕ ਸੀ ਏ ਇੰਚਾਰਜ, ਸੀ ਏ ਟੂ ਇੰਚਾਰਜ ਇੰਸਪੈਕਟਰ ਅਮਰਬੀਰ ਸਿੰਘ ਅਤੇ ਐਸ ਐਚ ਓ ਪ੍ਰੀਤ ਪੁਲਿਸ ਸੰਧੀ ਖੰਨਾ ਅਤੇ ਇਸ ਰਜਿੰਦਰ ਕੁਮਾਰ ਥਾਣੇ ਨੂਰ ਤੋਂ ਪੁਲਿਸ ਫੋਰਸ ਵੱਲੋਂ ਅੱਜ ਇਹਨਾਂ ਨੂੰ ਡਾਇਵਰਟ ਕੀਤਾ ਗਿਆ, ਜਿਹਨੇ ਡੂਰੰਗਲ ਡਾਇਰੋਜਰ ਮੰਨਿਆ ਵੀ ਮੈਂ ਉਸ ਲੜਕੀ ਨੂੰ 13 ਤਰੀਕ ਨੂੰ ਹੀ ਮਾਰ ਕੇ ਨਾਲ ਘੁੱਟ ਕੇ ਉੱਥੇ ਬੇਵਾਰ ਖੂਹ ਦੇ ਵਿੱਚ ਸੁੱਟਤਾ ਸੀਗਾ ਅਤੇ ਜਿਸ 'ਤੇ ਡਿਊਟੀ ਬੇਸ ਅਡਜੈਕਟਿਵ ਮੈਜਿਸਟਰੇਟ ਸ਼੍ਰੀ ਸ਼ਸ਼ੀਰ ਕੁਮਾਰ ਜੀ ਅਤੇ ਤਹਿਸੀਲਦਾਰ ਨੂਰਪੁਰ ਬੇਦੀ ਨੂੰ ਇੱਥੇ ਬੁਲਾਇਆ ਗਿਆ। ਇਹਨਾਂ ਦੇ ਬੁਲਾ ਕੇ ਇਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਦੋਸ਼ੀ ਦੇ ਅੱਗੇ ਅੱਗੇ ਚੱਲ ਕੇ ਅਤੇ ਖੂਹ ਦੇ ਵਿੱਚੋਂ ਉਤਰ ਕੇ ਖੂਹ ਦੇ ਵਿੱਚੋਂ ਆਪਣੇ ਉਹ ਲੜਕੀ ਦੀ ਜਿਹੜੀ ਡੈਡ ਬੋਡੀ ਹੈ ਉਹ ਬਰਾਮਦ ਕਰਵਾਈ ਹੈ ਅਤੇ ਜਿਹੜੇ 302 ਸੈਕਸ਼ਨ ਦਾ ਵਾਅਦਾ ਕੀਤਾ ਗਿਆ ਅਤੇ ਕੱਲ੍ਹ ਨੂੰ ਇਹਨੂੰ ਕੋਰਟ 'ਚ ਪੇਸ਼ ਕੀਤਾ ਜਾਵੇਗਾ।